ਬੀਸੀ ਐਨਡੀਪੀ ਲੀਡਰ ਡੇਵਿਡ ਈਬੀ ਵਾਅਦਾ ਕਰ ਰਹੇ ਨੇ ਕਿ ਪਾਰਟੀ ਆਉਣ ਵਾਲੀਆਂ ਚੋਣਾਂ ਦੇ ਵਿੱਚ ਜਿੱਤਣ ਤੇ ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੂੰ ਆਪਣੇ ਸਿਰ ਤੇ ਛੱਤ ਪਾਉਣ ਦੇ ਲਈ ਮਦਦ ਕਰਨ ਦੇ ਲਈ 25,000 ਨਵੇਂ ਘਰ ਬਾਜ਼ਾਰ ਮੁੱਲ ਦੇ 60% ਦੇ ਉੱਤੇ ਮੁਹੱਈਆ ਕਰਵਾਉਣਗੇ। ਬੁੱਧਵਾਰ ਨੂੰ ਐਲਾਨ ਕਰਦਿਆਂ ਡੇਵਿਡ ਈਬੀ ਨੇ ਕਿਹਾ ਹੈ ਕਿ ਪਾਰਟੀ ਅਗਲੀ ਸੂਬਾਈ ਸਰਕਾਰ ਬਣਾਉਂਦੀ ਹੈ ਤਾਂ ਇਹ 5 ਸਾਲਾਂ ਦੇ ਵਿੱਚ ਹਰ ਜਿਵੇਂ ਕਿ 5,000 ਮੱਧ ਵਰਗੀ ਪਰਿਵਾਰਾਂ ਨੂੰ ਮਕਾਨਾਂ ਦੀ ਖਰੀਦ ਕੀਮਤ ਦਾ 40% ਕਵਰ ਕਰਕੇ ਹਾਊਸਿੰਗ ਮਾਰਕੀਟ ਦੇ ਵਿੱਚ ਆਉਣ ਦੇ ਵਿੱਚ ਮਦਦ ਕਰੇਗੀ। ਇਹ ਪ੍ਰੋਗਰਾਮ ਗੈਰ ਮੁਨਾਫਾ ਅਤੇ ਘਰ ਬਣਾਉਣ ਵਾਲਿਆਂ ਅਤੇ ਸੰਸਥਾਵਾਂ ਦੇ ਨਾਲ ਸਾਂਝੇਦਾਰੀ ਰਾਹੀਂ ਹੀ ਕੀਤਾ ਜਾਵੇਗਾ ਜੋ ਜ਼ਮੀਨ ਪ੍ਰੋਵਾਈਡ ਕਰਨ ਦੇ ਯੋਗ ਹੋ ਸਕਦੇ ਨੇ। ਐਨਡੀਪੀ ਨੇ ਕਿਹਾ ਹੈ ਕਿ ਪ੍ਰੋਵਿੰਸ ਨੂੰ ਪੂਰੀ ਪੂੰਜੀ ਲਾਗਤਾਂ ਦੇ ਨਾਲ ਨਾਲ ਸਾਰੀਆਂ ਵਿੱਤੀ ਲਾਗਤਾਂ ਦੇ ਉੱਤੇ ਖਰਚੇ ਲਗਾਏ ਬਿਨਾਂ ਇੱਕ ਛੋਟੀ ਜਿਹੀ ਵਾਪਸੀ ਦੀ ਵਸੂਲੀ ਕਰਨ ਦੀ ਇਜਾਜ਼ਤ ਦਿੰਦਾ ਹੈ। ਈਬੀ ਨੇ ਘਰ ਦੇ ਮਾਲਕਾਂ ਨੂੰ ਲਾਭਾਂ ਦੀ ਵਿਆਖਿਆ ਕੀਤੀ। ਇਸ ਵਿੱਚ ਛੋਟੇ ਡਾਊਨ ਪੇਮੈਂਟਸ, ਛੋਟੇ ਮਾਸਿਕ ਭੁਗਤਾਨ ਅਤੇ ਟੈਕਸਦਾਤਾਵਾਂ ਨੂੰ ਸੁਰੱਖਿਅਤ ਕੀਤਾ ਜਾਵੇਗਾ। ਜੇ ਘਰ ਦੇ ਮੁੱਲ ਵੱਧਦੇ ਨੇ ਤਾਂ ਜਨਤਾ ਦਾ ਮਾਲੀਆ ਵੱਧਦਾ ਹੈ ਅਤੇ ਵਧੇਰੇ ਕਿਫਾਇਤੀ ਹਾਊਸਿੰਗ ਪ੍ਰੋਜੈਕਟਾਂ ਦੇ ਲਈ ਸਰੋਤ ਵਧੇਰੇ ਉਪਲਬਧ ਹੋਣਗੇ। ਘਰਾਂ ਦੀਆਂ ਕੀਮਤਾਂ ਘੱਟ ਜਾਂਦੀਆਂ ਨੇ, ਟੈਕਸਦਾਤਾ ਸੁਰੱਖਿਅਤ ਹੁੰਦੇ ਨੇ, ਇਹ ਕਰਜ਼ਾ ਹੈ। ਸਟੈਟਿਸਟਿਕਸ ਕੈਨੇਡਾ ਨੇ ਬੁੱਧਵਾਰ ਨੂੰ ਦੱਸਿਆ ਹੈ ਕਿ ਇਸ ਸਾਲ ਦੀ ਦੂਜੀ ਤਿਮਾਹੀ ਦੇ ਵਿੱਚ ਕੈਨੇਡਾ ਦੇ ਵਿੱਚ ਆਬਾਦੀ ਦੇ ਵਾਧੇ ਦੀ ਰਫ਼ਤਾਰ ਵਿੱਚ ਮਾਮੂਲੀ ਕਮੀ ਆਈ ਹੈ ਕਿਉਂਕਿ ਫੈਡਰਲ ਸਰਕਾਰ ਨੇ ਦੇਸ਼ ਦੇ ਵਿੱਚ ਅਸਥਾਈ ਪ੍ਰਵਾਸ ਨੂੰ ਘਟਾਉਣ ਦੇ ਯਤਨ ਕੀਤੇ ਨੇ। 2020 ਦੇ ਵਿੱਚ ਕੋਵਿਡ-19 ਮਹਾਂਮਾਰੀ ਜਦੋਂ ਸਰਹੱਦਾਂ ਬੰਦ ਹੋਣ ਕਰਕੇ ਕੈਨੇਡਾ ਦੇ ਵਿੱਚ ਆਉਣ ਵਾਲੇ ਲੋਕਾਂ ਦੀ ਤਾਦਾਦ ਲਗਭਗ ਬੰਦ ਹੋ ਗਈ ਸੀ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਤਿਮਾਹੀ ਵਿਕਾਸ ਦੀ ਰਫ਼ਤਾਰ ਮੱਠੀ ਹੋਈ ਹੈ। ਕੈਨੇਡਾ ਦੀ ਆਬਾਦੀ ਦੇ ਵਿੱਚ ਵਾਧੇ ਲਈ ਲਗਭਗ ਪੂਰੀ ਤਰ੍ਹਾਂ ਅੰਤਰਰਾਸ਼ਟਰੀ ਪ੍ਰਵਾਸ ਦਾ ਯੋਗਦਾਨ ਹੈ। ਜਨਵਰੀ ਦੇ ਵਿੱਚ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਅਸਥਾਈ ਨਿਵਾਸੀਆਂ ਦੀ ਗਿਣਤੀ 'ਤੇ ਇੱਕ ਕੈਪ ਲਗਾਉਣ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਸੀ ਕਿਉਂਕਿ ਮਹਾਂਮਾਰੀ ਤੋਂ ਬਾਅਦ ਅਸਥਾਈ ਨਿਵਾਸੀਆਂ ਵਿੱਚ ਤੇਜ਼ੀ ਨਾਲ ਹੋਏ ਵਾਧੇ ਨੇ ਦੇਸ਼ ਦੀ ਹਾਊਸਿੰਗ ਉਪਲਬਧਤਾ 'ਤੇ ਦਬਾਅ ਪਾਇਆ। ਸਟੈਟਿਸਟਿਕਸ ਕੈਨੇਡਾ ਨੇ ਕਿਹਾ ਹੈ ਕਿ ਗੈਰ ਸਥਾਈ ਨਿਵਾਸੀਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਪਰ ਅਕਤੂਬਰ 2023 ਦੇ ਇਸ ਵਾਧੇ ਦੀ ਦਰ ਹੌਲੀ ਹੋ ਰਹੀ ਹੈ। ਦੂਜੇ ਤਿਮਾਹੀ ਦੌਰਾਨ 1,17,836 ਗੈਰ ਸਥਾਈ ਨਿਵਾਸੀਆਂ ਦਾ ਸ਼ੁੱਧ ਜਿਹੜਾ ਉਹ ਵਾਧਾ ਹੋਇਆ ਹੈ ਜੋ ਕਿ 2023 ਦੀ ਪਹਿਲੀ ਤਿਮਾਹੀ ਤੋਂ ਬਾਅਦ ਦਾ ਸਭ ਤੋਂ ਛੋਟਾ ਵਾਧਾ ਹੈ। ਸਟੈਟਿਸਟਿਕਸ ਕੈਨੇਡਾ ਨੇ ਦੱਸਿਆ ਹੈ ਕਿ ਅਸਥਾਈ ਨਿਵਾਸੀਆਂ ਦੇ ਵਿੱਚ ਹੌਲੀ ਵਾਧਾ ਮੁੱਖ ਤੌਰ 'ਤੇ ਵਿਦਿਆਰਥੀ ਵੀਜ਼ਾ ਦੇ ਵਿੱਚ ਬਦਲਾਅ ਦੇ ਕਾਰਨ ਹੋਇਆ। ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਅਸੀਂ ਰਫ਼ਤਾਰ ਹੌਲੀ ਹੁੰਦੀ ਦੇਖ ਰਹੇ ਹਾਂ। ਮੈਨੂੰ ਲੱਗਦਾ ਹੈ ਕਿ ਇਹ ਸਕਾਰਾਤਮਕ ਹੈ। ਇਸ ਗੱਲ ਦਾ ਸਬੂਤ ਹੈ ਕਿ ਬਹੁਤ ਸਾਰੇ ਉਪਾਅ ਕੰਮ ਕਰ ਰਹੇ ਨੇ। ਭਾਵੇਂ ਆਬਾਦੀ ਦੇ ਵਾਧੇ ਦੀ ਦਰ ਹੌਲੀ ਹੋ ਰਹੀ ਹੈ ਪਰ ਇਹ 2022 ਤੋਂ ਪਹਿਲਾਂ ਕਿਸੇ ਵੀ ਦੂਜੀ ਤਿਮਾਹੀ ਨਾਲੋਂ ਵੱਧ ਹੈ। ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ 1 ਜੁਲਾਈ ਨੂੰ ਦੇਸ਼ ਦੀ ਆਬਾਦੀ ਅੰਦਾਜ਼ਨ 41,288,599 ਤੱਕ ਪਹੁੰਚ ਗਈ ਹੈ। ਅਲਬਰਟਾ ਨੇ ਇਸ ਤਿਮਾਹੀ ਵਿੱਚ 1.0% ਦੇ ਵਾਧੇ ਦੇ ਨਾਲ ਸੂਬਿਆਂ ਅਤੇ ਪ੍ਰਦੇਸ਼ਾਂ ਦੇ ਵਿੱਚ ਸਭ ਤੋਂ ਤੇਜ਼ੀ ਨਾਲ ਵਿਕਾਸ ਦਰ ਦਰਜ ਕੀਤੀ ਜਦਕਿ ਨੌਰਥ ਵੈਸਟ ਟੈਰੀਟੋਰੀਜ਼ ਦੇ ਵਿੱਚ 0.1% ਦੇ ਵਾਧੇ ਨਾਲ ਆਬਾਦੀ ਵਾਧਾ ਦਰ ਤੋਂ ਹੌਲੀ ਰਹੀ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।